ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਘੰਡਾ ਬੰਨਾ, ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ। ਇਹਦੇ ਨੇੜੇ ਪਿੰਡਾਂ ਦੀ ਜੇ ਗੱਲ ਕਰਨੀ ਹੋਵੇ ਦੋਸਤੋ, ਤਾਂ ਜੰਗੀ ਰਾਣਾ, ਭਾਈ ਰੂਪਾ, ਫੁੱਲੇਆਲਾ, ਸੰਧੂ ਕਲਾਂ, ਇਹ ਆਸ ਪਾਸ ਜਿਹਦੇ ਪਿੰਡ ਆ। ਬਠਿੰਡੇ ਜ਼ਿਲ੍ਹੇ ਦਾ ਇਹ ਪਿੰਡ ਆ ਅਤੇ ਘੰਡਾ ਬੰਨਾ ਪਿੰਡ ਦਾ ਨਾਮ ਆ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ, ਵੀਰ ਦਾ ਪਸ਼ੂ ਪਾਲਣ ਦਾ ਕੰਮ ਇੱਕ ਸ਼ੌਂਕ ਦਾ ਵੀ ਆ ਅਤੇ ਨਾਲ ਇਹਨਾਂ ਦੇ ਵਿੱਚੋਂ ਆਮਦਨ ਵੀ ਹੁੰਦੀ ਹੈ। ਸੋ ਘਰ ਵੀਰ ਪਸ਼ੂ ਇੱਦਾਂ ਦੇ ਰੱਖਦਾ। ਦੋ ਨਾਗ ਵਿਕਰੀ ਵਾਲੇ ਆ। ਮੇਨ ਵੀਡੀਓ ਇਸ ਮੱਝ ਦੀ ਬਣਾਉਣੀ ਸੀ, ਹਾਲਾਂਕਿ ਇਹ ਵੀ ਹਜੇ ਕੱਚੀ ਹੈ, ਪਰ ਨਾਲ ਇੱਕ ਝੋਟੀ ਵੀ ਵੀਰ ਕੋਲ ਖੜ੍ਹੀ ਹੈ ਜਿਹੜੀ ਥੋੜ੍ਹਾ ਟਾਈਮ ਲੈਂਦੀ ਹੈ ਸੂਣ 'ਚ, ਇਹ ਵੀ ਤੁਹਾਨੂੰ ਨਾਲ ਦਿਖਾ ਦਿਆਂਗੇ, ਪਰ ਹਜੇ ਤਿਆਰੀ ਜਿਹੜੀ ਉਹਨੇ ਬਹੁਤੀ ਨਹੀਂ ਫੜੀ। ਡਿਟੇਲ ਇਹਨਾਂ ਬਾਰੇ ਵੀਡੀਓ 'ਚ ਪੁੱਛ ਦੂੰਗਾ, ਵੀਡੀਓ ਨੂੰ ਐਂਡ ਤੱਕ ਦੇਖਿਓ। ਜਿਹਨੂੰ ਜਿਹੜਾ ਪਸ਼ੂ ਚੰਗਾ ਲੱਗੂਗਾ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਲਿਓ, ਨੰਬਰ 22 ਦਾ ਸਕਰੀਨ 'ਤੇ ਚੱਲਦਾ ਰਹਿਣਾ। ਵੈਸੇ ਘਰ ਜਿਹੜੇ ਪਸ਼ੂ ਰੱਖੇ ਉਹਨਾਂ 'ਚ ਇੱਕ ਇੱਧਰ ਝੋਟੀ ਹੋਰ ਅਸਰ ਵੀ ਬੈਠੀ ਹੈ ਵੀਰ ਕੋਲ, ਇਸੇ ਤਰ੍ਹਾਂ ਦੀਆਂ ਮੱਝਾਂ ਜਿਹੜੀਆਂ ਵੀਰ ਕੋਲ, ਤਿੰਨੇ ਇਹ ਨਾਗ ਘਰ ਰੱਖੇ ਵਿਆਹ ਬਾਈ ਤੋਂ ਜਾਣਕਾਰੀ ਲੈਂਦੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੀ ਵੀਰ ਆਪਦਾ? ਨਾਮ ਗੁਰਤੇਜ ਸਿੰਘ ਆ ਜੀ। ਗੁਰਤੇਜ ਬਾਈ, ਘਰੇ ਪਸ਼ੂ ਫਿਰ ਦੁੱਧ ਵਾਸਤੇ ਰੱਖ ਲੈਂਦੇ ਹੋ ਨਾਲ? ਹਾਂ ਜੀ, ਨਾਲ ਦੁੱਧ ਵਾਸਤੇ ਰੱਖੇ ਪਿਆ ਜੀ। ਠੀਕ ਹੈ। ਆ ਜਿਹੜੀ ਪਹਿਲੇ ਨੰਬਰ 'ਤੇ ਮੱਝ ਆ, ਕਿੰਨਵਾਂ ਸੂਆ ਸੂਗੀ? ਇਹ ਚੌਥਾ ਸੂਆ ਸੂ ਜੀ। ਚੌਥਾ ਸੂਆ ਸੂ, ਤੀਜੇ ਸੂਏ ਦੁੱਧ ਕਿੰਨਾ ਦੇਗੀ ਸੀ? ਇਹ ਦੁੱਧ ਦੇਗੀ ਸੀ 5 ਲੀਟਰ ਜੀ, ਤੋਕੜ ਲਿਆਂਦੀ ਸੀਗੀ। ਤੋਕੜ ਲਿਆਂਦੀ ਸੀ, ਗੱਬਣ ਵੀ ਸੀਗੀ ਉਦੋਂ? ਹਾਂ, ਗੱਬਣ 3 ਮਹੀਨਿਆਂ ਦੀ ਸੀਗੀ ਜੀ। 3 ਮਹੀਨਿਆਂ ਦੀ ਗੱਬਣ ਸੀਗੀ, ਤੋਕੜ ਗੱਬਣ ਉਦੋਂ 5 ਕਿਲੋ ਦੁੱਧ ਦਿੰਦੀ ਜਦੋਂ ਆਪਾਂ ਖਰੀਦੀ। ਹਾਂਜੀ ਹਾਂਜੀ। ਕਿੰਨੇ ਕੁ ਦਿਨ ਲੈ ਜੂ ਬਈ? ਹੁਣ ਇਹ ਲੈ ਜੂ ਜੀ 15 ਦਿਨ, 12 ਦਿਨਾਂ ਦੇ ਵਿੱਚ ਸੂ ਪੈਣੀ। 12-15 ਦਿਨ ਲਊਗੀ? ਹਾਂਜੀ। ਰੇਟ ਇਹਦਾ ਕੀ ਰੱਖਿਆ ਬਾਈ? ਰੇਟ ਇਹਦਾ 98,000 ਰੁਪਇਆ ਜੀ। 98,000 ਖੋਲੀ ਨੂੰ ਦੋਸਤੋ, ਦਰਮਿਆਨੇ ਕੱਦ ਦੀ ਆ, ਸਮੀ ਬਹੁਤ ਸੋਹਣੀ, ਬਹੁਤ ਸੋਹਣੀ ਸੰਭਾਲੀ ਆ ਬਾਈ ਨੇ। ਸੱਚਾਈ ਦੱਸੀ ਆ ਦੋਸਤੋ, 5-3 ਮਹੀਨਿਆਂ ਦੀ ਗੱਬਣ ਸੀ ਅਤੇ 5 ਕਿਲੋ ਦੁੱਧ ਉਦੋਂ ਦੋਨੇ ਟਾਈਮ ਦਿੰਦੀ ਸੀ ਜਦੋਂ ਬਾਈ ਲਿਆਇਆ। ਦਰਮਿਆਨੇ ਕੱਦ ਦੀ ਆ, ਭਾਰੀ ਫੁੱਲ ਆ, ਥਣ ਬਹੁਤ ਸੋਹਣੇ ਆ, ਪਵਾਨਾ ਜੋਸ਼ ਵਾਲਾ ਰੱਖੂ, ਪਰ ਹਜੇ ਬਣਾਉਣਾ ਸ਼ੁਰੂ ਕੀਤਾ ਕਿਉਂਕਿ ਅਜੇ 12 ਦਿਨ, ਮੰਨ ਕੇ ਚੱਲੋ 12-15 ਦਿਨ ਲਊਗੀ ਸੂਣ ਦੇ ਵਿੱਚ। ਸਿੰਘ ਦੋਸਤੋ ਥੋੜ੍ਹਾ ਜਿਹਾ ਖੁੱਲ੍ਹਾ ਹੋ ਕੇ ਮੁੜਿਆ, ਪਰ ਕੁੰਡਾ, ਸਟਰਕਚਰ ਬਹੁਤ ਸੋਹਣਾ ਮੱਝ ਦਾ, ਕੱਦ ਬਾਹਲਾ ਵੱਡਾ ਹੈ ਨਹੀਂ ਗਾ, ਥਣ ਜਿਹੜੇ ਆ ਉਹ ਚਾਰੇ ਹੀ ਬਹੁਤ ਸੋਹਣੇ, ਤੁਹਾਨੂੰ ਪਸੰਦ ਆਉਣਗੇ। ਹਵਾਨਾ ਪੱਟਣਾ ਸ਼ੁਰੂ ਕੀਤਾ, ਤੁਹਾਨੂੰ ਛਾਂ ਦੇ ਵਿੱਚ ਦਿਖਾਉਣ ਦੀ ਵੀ ਕੋਸ਼ਿਸ਼ ਕਰੂੰਗਾ, ਚੜਾਈ ਦੇ ਵਿੱਚ ਰੱਖੂਗੀ ਹਵਾਨਾ। ਜੇ ਥਣ ਮੈਂ ਇਸ ਸਾਈਡ ਤੋਂ ਤੁਹਾਨੂੰ ਦਿਖਾਵਾਂ ਤਾਂ ਸਹਿਜ ਬਹੁਤ ਸੋਹਣਾ, ਥੋੜ੍ਹਾ ਜਿਹਾ ਪਸ਼ੂ ਤੁਹਾਨੂੰ ਸਟਰਕਚਰ ਆਪਦਾ ਬਦਲ ਲੈਂਦਾ। ਇਸ ਤਰੀਕੇ ਦੇ ਥਣ ਆ ਦੋਸਤੋ, ਚਾਰੇ ਨਿਖੜਵੇਂ ਆ, ਸੋਹਣੇ ਥਣ ਹੈ, ਕੱਚੀ ਮੱਝ ਆ, ਹਜੇ ਦਿਨ 10-12-15 ਦਿਨ ਵੀ ਲੈ ਸਕਦੀ ਹੈ, ਸੋਹਣੀ ਹੈ, ਤੁਹਾਨੂੰ ਪਸੰਦ ਆਉਣ ਵਾਲੀ ਚੀਜ਼ ਹੈ। 98,000 ਮੁੱਲ ਹੈ ਇੱਕ ਝੋਟੀ ਦੋਸਤੋ, ਚੰਗੇ ਕੱਦ ਕਾਟਦੀ ਹੈ, ਖਵਾਨਾ ਬਣਾਊਗੀ, ਕਮਾਲ ਕਰੂਗੀ, ਪਰ ਹਜੇ ਇਹ ਵੀ ਕੱਚੀ ਹੈ। ਝੋਟੀ ਸ਼ੀਲ ਬਹੁਤ ਆ ਜੀ। ਝੋਟੀ ਬਾਈ ਕਿੰਨਵਾਂ ਸੂਆ? ਝੋਟੀ ਦਾ ਪਹਿਲਾ ਸੂਆ ਹੀ ਹੈ ਜੀ। ਪਹਿਲਾ ਸੂਆ, ਠੀਕ ਹੈ ਜੀ, ਬੜੀ ਸ਼ੀਲ ਆ ਝੋਟੀ। ਠੀਕ ਹੈ। ਅੱਛਾ, ਪਹਿਲਾ ਸੂਆ ਸੋਹਣੀ, ਉਮਰ ਕਿੰਨੀ ਕੁ ਹੈ? ਉਮਰ ਇਹਦੀ 3 ਸਾਲ ਤੇ 4 ਮਹੀਨੇ ਦੀ ਹੋ ਗਈ। 3 ਸਾਲ ਤੇ 4 ਮਹੀਨੇ? ਹਾਂਜੀ। ਘਰ ਦੀ ਝੋਟੀ ਆਪਣੀ ਕਿੰਨੇ ਦਿਨ ਲੈ ਜੂ ਬਾਈ? ਇਹ ਇਹਨੇ ਲੈ ਜਾਣਿਆ 15 ਦਿਨਾਂ ਜੀ। 15 ਦਿਨ ਹਜੇ ਲੈ ਜੂ? ਹਾਂਜੀ। ਇਹਦਾ ਰੇਟ ਕੀ ਰੱਖਿਆ? ਇਹਦਾ ਰੇਟ ਉਹਦੇ ਮੌਕੇ ਤੇ ਕਰ ਲਾਂਗੇ ਜੀ। ਮੌਕੇ ਤੇ ਕਰਾਂਗੇ, ਤਿਆਰੀ ਦੇ ਹਿਸਾਬ ਤੇ? ਹਾਂ, ਤਿਆਰੀ ਦੇ ਹਿਸਾਬ ਤੇ ਕਰ ਲਾਂਗੇ। ਠੀਕ ਹੈ। ਖੋਲੀ ਬਾਈ ਇਹਨੂੰ ਦੋਸਤੋ, ਵੀਡੀਓ 'ਚ ਇਸ ਲਈ ਦਿਖਾ ਰਹੇ ਹਾਂ ਕਿਉਂਕਿ ਵੀਡੀਓ ਬਣਾਉਣ ਆਏ ਸੀ, ਦੂਰ ਪੈਂਦਾ ਏਰੀਆ, ਜੇ ਕੋਈ ਕੱਚੀ ਪਸੰਦ ਕਰੇ ਰੇਟ ਫੋਨ 'ਤੇ ਕਰਾ ਲਿਓ, ਪਰ ਜਦੋਂ ਤਿਆਰ ਹੋ ਗਈ ਤਾਂ ਸੁੱਕ ਚਾਹੀਦੀ ਹੈ, ਤੁਹਾਨੂੰ ਦੁਬਾਰਾ ਵੀਡੀਓ ਦਿਖਾਵਾਂਗੇ ਝੋਟੀ ਦੀ। ਕੁੰਡੀ ਬਿਲਕੁਲ ਚੰਗੇ ਕੱਦ ਦੀ ਹੈ, ਅਤੇ ਇਹਦਾ ਜਿਹੜਾ ਥਣ ਹਵਾਨਾ ਦੋਸਤੋ, ਉਹ ਤੁਹਾਨੂੰ ਨੇੜਿਓਂ ਦਿਖਾਊਂਗਾ, ਤੁਹਾਡੇ ਪਸੰਦ ਆਉਣਗੇ ਥਣ। ਵੱਡਾ ਹਵਾਨਾ ਬਣਾ ਕੇ ਸੂਗੀ, ਛੋਟੇ ਹਵਾਨੇ ਨਾਲ ਨਹੀਂ ਸੂਣਾ, ਸੁੱਕ ਚਾਹੀਦੀ ਹੈ। ਜਿਹੜੇ ਹਿਸਾਬ 'ਤੇ ਇਸ ਟਾਈਮ ਥਣ ਕੱਢ ਰਹੀ ਹੈ, ਥਣਾਂ ਦੇ ਵਿੱਚ ਬਿੱਥੀ ਜਿੰਨੀ ਹੈ ਜਾਂ ਸਹਿਜ ਆ ਥਣ ਦਾ, ਉਹ ਦੱਸਦਾ ਹੈ। ਠੰਡੀ ਸੀਲ ਇੰਨੀ ਆ ਵੀ ਹੁਣੇ ਥਣ ਬਾਈ ਪੱਟ ਰਿਹਾ ਸੀਗਾ ਤਾਂ ਝੋਟੀ ਪੈਰ ਨਹੀਂ ਪੜਦੀ। ਸੋ ਜੇ ਕੋਈ ਵੀਰ ਇਸੇ ਤਰ੍ਹਾਂ ਪਸੰਦ ਕਰੇ ਤਾਂ ਕੱਚੀ ਖਰੀਦ ਲਓ, ਤਿਆਰੀ 'ਚ ਵੇਖਣੀ ਹੋਈ ਤਾਂ ਫਿਰ ਥੋੜ੍ਹੇ ਦਿਨ ਵੇਟ ਕਰਿਓ, ਤੁਹਾਨੂੰ ਇਹ ਤਿਆਰ ਝੋਟੀ ਵੀ ਦਿਖਾਊਂਗਾ। ਚੰਗੇ ਕੱਦ ਦੀ ਹੈ, ਚੰਗੇ ਵਜਨ ਦੀ ਹੈ, ਚੜਾਈ ਫੁੱਲ ਹੈ, ਕੱਦ ਵੀ ਚੰਗਾ। ਇਹ ਬਾਈ ਦੇ ਘਰ ਦੀ ਹੈ, ਅਤੇ ਮੱਝ ਜਿਹੜੀ ਹੈ ਵੀਰ ਨੇ ਤੋਕੜ ਗੱਭਣ ਖਰੀਦੀ ਸੀ। ਤੁਹਾਨੂੰ ਜੇ ਫੇਰ ਹਵਾਨਾ ਝੋਟੀ ਦਾ ਦਿਖਾਵਾਂ, ਦੱਸੋ ਮੈਂ ਦੱਸਿਆ ਸੀਗਾ ਵੀ ਥਣ ਬਹੁਤ ਸੋਹਣੇ ਹੈ। ਸੋ ਦੱਸੋ ਤੁਹਾਨੂੰ ਬੜੀ ਠੰਡੀ ਝੋਟੀ ਹੈ, ਥਣ ਦੇਖਿਓ ਝੋਟੀ ਦੇ ਕਮਾਲ ਦੇ ਲੱਗੇ ਆ, ਹੁਣੇ ਹਜੇ ਨਾਲੇ ਗੱਦੀ ਜੀ ਪੱਟੀ ਹਜੇ 15 ਦਿਨ ਪਏ ਆ, ਚੰਗੀ ਸੋਹਣੀ ਝੋਟੀ ਆ ਦੋਸਤੋ, ਸੋਹਣੀ ਤਿਆਰ ਹੋਊਗੀ। ਰੇਟ ਇਹਦਾ ਵੀਰ ਤੁਹਾਨੂੰ ਫੋਨ 'ਤੇ ਦੱਸ ਦੂਗਾ ਜੇ ਕੋਈ ਪੁੱਛਣਾ ਚਾਹੇ।
ਤੇ ਇੱਕ ਮਾਝੇ ਦਰ ਜਿਹੜੀ ਤਿਆਰੀ ਫੜਦੀ ਜਾਂਦੀ ਹੈ ਇਹਦਾ ਹਵਾਨਾ ਚੰਗਾ ਕੱਢੂਗੀ ਪਰ ਹਜੇ ਦਹਿਣੇ ਕਾਫੀ ਲੈਂਦੀ ਹੈ ਛੋਟੇ ਕੱਦ ਕਾਟਦੀ ਹੈ ਹਵਾਨਾ ਤੁਸੀਂ ਦੇਖ ਲਓ ਇੱਦਾਂ ਦਾ ਬਣਾਉਂਦੀ ਹੁੰਦੀ ਹੈ ਸੋ ਦੋ ਨਾਗ ਹੈ ਥਣਾ ਹਵਾਨੇ ਵੱਲੋਂ ਦੋਨੇ ਸਾਫ਼ ਸੁਥਰੇ ਸੋਹਣੇ ਹੈ ਧੰਨਵਾਦ ਵੀਡੀਓ ਦੇਖਣ ਵਾਸਤੇ